ਦਿੱਤੀ ਗਈ ਆ ਜੰਗ ਜਿੱਤੇ ਬਿਨਾਂ ਬਚਣ ਵਾਲਾ ਨਹੀਂ ਮੈਂ ਅੱਜ ਵੀ ਜੰਗ ਜਿੱਤ ਕੇ ਆਇਆ ਜੇ ਰਹਿ ਗਿਆ ਕੁਛ ਸਿੱਖਿਆ ਮੰਤਰੀ ਸਾਹਿਬ ਨੇ ਮੈਨੂੰ ਭਰੋਸਾ ਦਿੱਤਾ ਏ ਜੰਗ ਜਿੱਤ ਕੇ ਆਇਆ ਮੈਂ ਜੰਗ ਜੇ ਰਹਿ ਗਈ ਐਲਾਨ ਹੋਣਾ ਬਾਕੀ ਆ ਜੰਗ ਜਿੱਤ ਗਿਆ ਮੈਂ ਉਹ ਐਲਾਨ ਹੋਏ ਬਿਨਾਂ ਮੈਂ ਬਚਣ ਵਾਲਾ ਨਹੀਂ ਕਿਉਂਕਿ ਮੇਰੇ ਬੱਚਿਆਂ ਨੂੰ ਮੈਂ ਪਾਲਣ ਜੋਗਾ ਨਹੀਂ ਸੀ ਰਿਹਾ ਇਹਨਾਂ ਨੇ ਇਹੋ ਜਿਹਾ ਡਾਕਾ ਮੇਰੇ ਮਾਰਿਆ ਮੇਰੇ ਇਹਨਾਂ ਨੇ ਕਰਜ਼ਾ ਚੜਾ ਕੇ ਮੈਨੂੰ ਦਿਖਾ ਕੇ ਇਹਨਾਂ ਨੇ ਮੈਨੂੰ ਮਾਰਿਆ ਜੰਗ ਮੈਂ ਜਿੱਤ ਚੁੱਕਿਆ ਮੰਤਰੀ ਸਾਹਿਬ ਦੇ ਹਿਸਾਬ ਨਾਲ ਮੰਤਰੀ ਸਾਹਿਬ ਨੇ ਮੈਨੂੰ ਭਰੋਸਾ ਦਿੱਤਾ ਏ ਕਿ ਉਹਨਾਂ ਨੇ ਫਾਈਨਾਂਸ ਨੂੰ ਸਭ ਕੁਛ ਕਰਤਾ ਐਲਾਨ ਹੋਣਾ ਬਾਕੀ ਆ ਮੈਂ ਹੀ ਕਹੂੰਗਾ ਜੰਗ ਜਿੱਤ ਚੁੱਕਿਆ ਐਲਾਨ ਹੋਣਾ ਬਾਕੀ ਆ ਉਹ ਮੈਂ ਆਪਣੀ ਜੂਨੀਅਰ ਨਾਲ ਰਹਿ ਕੇ ਐਲਾਨ ਕਰਾਉਣਾ ਜਾਣਦਾ ਪਰ ਜੇ ਫਿਰ ਵੀ ਕੋਈ ਕਸਰ ਰਹਿੰਦੀ ਆ ਤਾਂ ਇਹ ਟਾਵਰ ਇਹ ਆਤਮ ਹੱਤਿਆ ਮੇਰੇ ਤੋਂ ਦੂਰ ਨਹੀਂ ਹੈਗੀ ਇਹ ਐਲਾਨ ਮੈਂ ਅੱਜ ਤੁਹਾਡੇ ਸਾਰਿਆਂ ਸਾਹਮਣੇ ਐਲਾਨ ਕਰਦਾ ਮੈਂ ਐਲਾਨ ਕਰਾ ਕੇ ਖੜੂੰਗਾ ਬਸ ਤੁਹਾਨੂੰ ਪਤਾ ਹੀ ਹੈ ਜੀ ਕਿੱਦਾਂ ਦੀ ਜ਼ਿੰਦਗੀ ਬਸ ਜਾਨਵਰਾਂ ਦੀ ਤਰ੍ਹਾਂ ਹੋ ਗਈ ਸੀ ਕੀ ਕਰਦਾ ਸੀ ਸੁਸਾਈਡ ਕਰ ਲਈਏ ਬਸ ਕੁਛ ਨਾ ਕਰੀਏ ਹੋਰ ਸਾਨੂੰ ਇੱਕ ਸਿੱਖਿਆ ਮੰਤਰੀ ਸਾਹਿਬ ਜੀ ਤੋਂ ਹੀ ਆਸ ਹੈ ਬਸ ਹੋਰ ਕਿਸੇ ਤੋਂ ਕੋਈ ਆਸ ਨਹੀਂ ਬਸ ਇਹੀ ਆ ਮੇਰੇ ਯੂਨੀਅਨ ਦੇ ਵੀ ਮੀਟਿੰਗਾਂ ਹੋਈਆਂ ਨੇ ਮੇਰੇ ਪ੍ਰਧਾਨ ਕਮਲ ਠਾਕੁਰ ਜੀ ਬਾਕੀ ਸਾਰੀ ਯੂਨੀਅਨ ਦੇ ਇਹਨਾਂ ਨਾਲ ਮੀਟਿੰਗਾਂ ਹੋਈਆਂ ਇਹਨਾਂ ਵੱਲੋਂ ਪੂਰਾ ਇੱਕ ਬਸ ਸਾਨੂੰ ਦਿਖਾਤਾ ਵੀ ਐਲਾਨ ਹੋਣਾ ਬਾਕੀ ਆ ਤੁਸੀਂ ਜੰਗ ਜਿੱਤ ਚੁੱਕੇ ਹੋ ਬਸ ਉਹ ਐਲਾਨ ਮੈਂ ਤੁਹਾਨੂੰ ਦੱਸਤਾ ਮੈਨੂੰ ਕਰਾਉਣਾ ਮੰਤਰੀ ਸਾਹਿਬ ਉਹ ਸਾਡੇ ਬੱਚੇ ਆ ਡਿਪਾਰਟਮੈਂਟ ਦੀ ਗਲਤੀ ਪਹਿਲਾਂ ਹੈਗੀ ਸੀ ਮੈਂ ਜਿੱਦਣ ਵੀ ਪਹਿਲੇ ਦਿਨ ਹੀ ਇਸ ਗੱਲ ਨੂੰ ਸਮਝਿਆ ਕਿ ਇਹ ਗੱਲ ਗਲਤ ਹੈਗੀ ਆ ਔਰ ਮੇਰੀ ਇਹਨਾਂ ਦੇ ਪ੍ਰਧਾਨ ਸਾਹਿਬ ਨਾਲ ਵੀ ਇਹਨਾਂ ਨਾਲ ਵੀ ਜਿਹੜੀ ਉਹ ਗੱਲ ਹੋਈ ਆ ਕਿਉਂਕਿ ਇੱਦਾਂ ਦੀਆਂ ਜਿਹੜੇ ਡਿਸੀਜ਼ਨ ਹੁੰਦੇ ਆ ਉਹਨੂੰ ਬੜੇ ਧਿਆਨ ਨਾਲ ਲੈਣ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਇੱਕੋ ਜਿਹੀ ਭਰਤੀ ਹੋਵੇ ਤਾਂ ਉਹਦੇ ਵਿੱਚ ਪੇ ਡਿਸਪੈਰਿਟੀ ਨਹੀਂ ਹੋਣੀ ਚਾਹੀਦੀ ਔਰ ਇਹ ਇੱਕ ਕੇਸ ਹੈਗਾ ਕਿ ਜਿਹਦੇ ਵਿੱਚ ਮੈਂ ਪਹਿਲੇ ਦਿਨ ਹੀ ਕਨਵਿੰਸ ਸੀਗਾ ਕਿ ਹਾਂ ਵੀ ਇਹ ਗਲਤ ਹੋਇਆ ਬੱਚਾ ਕਿਉਂਕਿ ਸਾਡੇ ਹੀ ਬੱਚੇ ਹੈਗੇ ਆ ਸੋ ਇਦਾਂ ਦੀਆਂ ਗੱਲਾਂ ਮੈਨੂੰ ਲੱਗਦਾ ਜੇ ਕਿਤੇ ਕਰੈਕਟ ਗਲਤੀ ਹੋਈ ਵੀ ਆ ਸਾਨੂੰ ਉਹਦੇ 'ਚ ਕਰੈਕਸ਼ਨ ਕਰਕੇ ਤਾਂ ਅਗਾਂਹ ਤੁਰਨ ਦੀ ਜ਼ਰੂਰਤ ਅਸੀਂ ਇੰਨੇ ਦੇਖੋ ਮੈਂ ਹਮੇਸ਼ਾ ਇੱਕ ਪੋਜ਼ੀਟਿਵ ਮੈਂ ਅੱਧਾ ਗਲਾਸ ਭਰਿਆ ਹੋਇਆ ਦੇਖਦਾ ਅੱਧਾ ਖਾਲੀ ਨਹੀਂ ਦੇਖਦਾ ਕਿਉਂਕਿ ਜੇ ਤੁਸੀਂ ਨੈਗੇਟਿਵ ਹੋਵੋਗੇ ਸਾਡੇ ਬੱਚਿਆਂ ਦਾ ਨੁਕਸਾਨ ਹੋਊਗਾ ਔਰ ਟੀਚਰ ਜਿਹੜਾ ਆ ਉਹ ਬੇਸਿਕਲੀ ਜਿਹੜਾ ਨੇਸ਼ਨ ਨੂੰ ਡਿਵੈਲਪਮੈਂਟ ਕਰਨ ਦਾ ਕੰਮ ਤਾਂ ਟੀਚਰ ਕਰਦਾ ਈਵਨ ਕਿ ਪੇਰੈਂਟਸ ਨਾਲੋਂ ਵੱਧ ਵੀ ਟੀਚਰ ਦਾ ਰੋਲ ਹੁੰਦਾ ਸੋ ਮੈਂ ਹਮੇਸ਼ਾ ਟੀਚਰ ਨੂੰ ਉਸ ਹਾਈ ਰਿਗਾਰਡ ਦੇ ਵਿੱਚ ਰੱਖਦਾ ਮੈਂ ਆਪਣੇ ਜਿੰਨੇ ਕੈਬਨਿਟ ਕੁਲੀਗਸ ਆ ਉਹਨਾਂ ਨੂੰ ਵੀ ਇੱਕ ਰਿਕੁਐਸਟ ਕੀਤੀ ਸੀ ਕਿ ਆਪਾਂ ਭਾਵੇਂ ਚਾਰ ਪੁਲ ਘੱਟ ਬਣਾ ਲਈਏ ਚਾਰ ਸੜਕਾਂ ਘੱਟ ਬਣਾ ਲਈਏ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਐਜੂਕੇਸ਼ਨ 'ਤੇ ਵੱਧ ਜ਼ੋਰ ਦੇਣ ਦੀ ਜ਼ਰੂਰਤ ਆ ਔਰ ਬੱਚੇ ਜਿਹੜੇ ਹੈਗੇ ਸਾਡੇ ਟੀਚਰ ਆ ਉਹ ਤਾਂ ਹੀ ਵਧੀਆ ਬਣਾਉਣਗੇ ਜੇ ਉਹਨਾਂ ਨੂੰ ਅਸੀਂ ਕੰਫਰਟੇਬਲ ਸੋ ਮੈਂ ਇਹਦਾ ਧੰਨਵਾਦ ਵੀ ਕਰਦਾ ਜਿਵੇਂ ਬੇਟਾ ਆ ਸਾਡੇ ਭੈਣ ਜੀ ਆ ਔਰ ਜੋ ਜੋ ਵੀ ਔਰ ਇਹ ਤੋਂ ਵੀ ਗਾਂ ਕਿਉਂਕਿ ਸਾਡੇ ਹੋਰ ਕੈਟਾਗਰੀਜ਼ ਦੇ ਵਿੱਚ ਵੀ ਪ੍ਰੋਬਲਮ ਦੇਖਦੇ ਆ ਉਹਨਾਂ ਨੂੰ ਵੀ ਮੈਂ ਸਲਿਊਸ਼ਨ ਕਰਨ ਦੇ ਵਿੱਚ ਲੱਗਾ ਹੋਇਆ ਮੈਨੂੰ ਇਹ ਲੱਗਦਾ ਕਿ ਜਿੰਨਾ ਚਿਰ ਸਾਡਾ ਟੀਚਰ ਕੰਫਰਟੇਬਲ ਉਨਾ ਚਿਰ ਸਾਡੀ ਪੜ੍ਹਾਈ ਦਾ ਮਿਆਰ ਜਿਹੜਾ ਆ ਉਹ ਅੱਗੇ ਨਹੀਂ ਵੱਧ ਸਕਦਾ ਔਰ ਸਾਡਾ ਹਿਊਮਨ ਸੋਰਸ ਜਿਹੜਾ ਉਹ ਚੰਗੇ ਪਾਸੇ ਨੂੰ ਨਹੀਂ ਜਾ ਸਕਦਾ।